ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਾਰਿਆਂ ਦੇ? ਠੀਕ ਠਾਕ ਹੋ ਜੀ? ਸੋ ਅੱਜ ਆਪਾਂ ਰੈਡੀ ਸ਼ੈਡੀ ਹੋਏ ਹਾਂ 5 ਸਾਲਾਂ ਬਾਅਦ। ਅੱਜ ਮੈਂ ਕਾਲੀ ਪੱਗ ਬੰਨੀ ਆ। ਕਿਰਨ ਕਹਿੰਦੀ ਵੀ ਨਵ ਮੈਂ ਕਾਲਾ ਸੂਟ ਸਵਾਇਆ ਆ ਤੇ ਤੁਸੀਂ ਕਾਲੀ ਪੱਗ ਬੰਨੋ ਨਾਲ, ਤੇ ਮੈਂ ਕਿਹਾ ਵੀ ਚਲੋ ਠੀਕ ਆ ਜੀ, ਤੁਹਾਡੀ ਮੰਦਲੇ ਨੇ ਡਿੱਗਣਾ ਚਾਹੀ ਤੂੰ ਹੀਲ ਪਾਈ ਠੀਕ ਜੀ। ਤੇ ਅੱਜ ਕਿੰਨੀ ਤਰੀਕ ਹੋ ਗਈ ਕਿਰਨ? ਅੱਜ 3 ਤਰੀਕ ਆ ਜੀ। ਤੇ ਕੱਲ ਤਾਂ ਆਪਣੇ ਲਾੜਾ ਸਾਹਿਬ ਨੂੰ, ਯਾਨੀ ਕਿ ਆਪਣੇ ਸਾਲਾ ਸਾਹਿਬ ਨੂੰ ਸ਼ਗਨ ਲੱਗ ਗਿਆ ਆ, ਤੇ ਕੋਈ ਪ੍ਰੋਬਲਮ ਆ ਗਈ ਤਾਂ ਕਰਕੇ ਕੱਲ ਆਪਣਾ ਵਲੌਗ ਜਿਹੜਾ ਸ਼ੂਟ ਨਹੀਂ ਹੋਇਆ। ਤੇ ਅੱਜ ਚੱਲੇ ਆ ਜੀ ਆਪਾਂ ਆਪਣੀ ਸਾਲੇਹਾਰ ਨੂੰ ਸ਼ਗਨ ਲਾਉਣ ਵਾਸਤੇ, ਯਾਨੀ ਕਿ ਕਿਰਨ ਦੀ ਭਾਬੀ ਨੂੰ ਸ਼ਗਨ ਲਾਉਣ ਵਾਸਤੇ। ਤੇ ਰਾਹ 'ਚ ਇਸ ਟਾਈਮ ਖਲੋਤੇ ਆ, ਟੋਕਰੀ ਬਣਾਉਣੀ ਆ ਸ਼ਗਨ ਵਾਲੀ, ਤੇ ਬਾਕੀ ਜਾਣੇ ਗਏ ਆ ਜੀ ਟੋਕਰੀ ਬਣਾਉਣ ਵਾਸਤੇ। ਮੈਂ ਚੱਲ ਆ ਜਾ ਕਿਰਨ, ਆਪਾਂ ਮਾੜਾ ਜਿਹਾ ਸ਼ੂਟ ਸ਼ਾਟ ਕਰ ਲਈਏ। ਤੇ ਕਿਰਨ ਕਿੱਦਾਂ ਫਿਰ? ਬੜਾ ਟੋਰ ਕੱਢਿਆ ਜੀ। ਅੱਛਾ ਜੀ, ਬਸ ਬੱਦਲ ਨੇ ਕੰਮ ਖਰਾਬ ਕਰਤਾ ਨੇ ਤੇ ਲੱਟ ਥੋੜੀ ਜੀ ਪਰੇ ਕਰਿਓ ਹੈ, ਲੱਟ ਘੁੰਮ ਕੇ ਮੱਥੇ ਦੇ ਉੱਤੇ ਆ ਗਏ ਠੀਕ ਆ। ਸੋ ਇਹ ਆ ਜੀ ਸਾਰੀ ਗੱਲਬਾਤ, ਤੇ ਚੱਲੇ ਆ ਜੀ ਅੱਜ ਆਪਾਂ ਕੁੜੀ ਨੂੰ ਸ਼ਗਨ ਲਾਉਣ ਵਾਸਤੇ। ਤੇ ਆ ਜਾਓ ਚੱਲਦੇ ਹਾਂ, ਤੇ ਨਾਲ ਨਾਲ ਇਸੇ ਤਰ੍ਹਾਂ ਤੁਹਾਨੂੰ ਵਲੌਗ ਦੇ ਨਾਲ ਐਂਟਰਟੇਨ ਕਰਾਉਂਦੇ ਰਹਾਂਗੇ। ਜੁੜੇ ਰਹੋ ਲਾਸਟ ਤੱਕ, ਤੇ ਮਿਲਦੇ ਹਾਂ ਜੀ ਹੁਣ ਤੁਹਾਨੂੰ ਆਪਾਂ ਸਾਲੇਹਾਰ ਘਰ ਜਾ ਕੇ। ਹਾਂਜੀ, ਸੋ ਇੱਕ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਜੀ ਕਿਰਨ ਦੀ ਭਾਬੀ ਦੇ ਘਰ। ਹੁਣ ਇੱਥੇ ਇੱਕ ਥੋੜ੍ਹੀ ਜਿਹੀ ਕਨਫਿਊਜ਼ ਕਰਨ ਵਾਲੀ ਗੱਲ ਇਹ ਆ ਕਿ ਆਪਣੀ ਕਿਰਨ ਦਾ ਨਾਂ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਕਿਰਨ ਆ, ਬਟ ਕਿਰਨ ਦੀ ਜਿਹੜੀ ਭਾਬੀ ਆ ਨਾ ਉਹਦਾ ਨਾਮ ਵੀ ਕਿਰਨ ਆ। ਅਤੇ ਫਰਕ ਬਸ ਇੰਨਾ ਆ ਵੀ ਆਪਣੀ ਕਿਰਨ ਦਾ ਨਾਂ ਕਿਰਨ ਬੀਰ ਕੌਰ ਆ, ਅਤੇ ਕਿਰਨ ਦੀ ਭਾਬੀ ਦਾ ਨਾਮ ਆ ਜੀ ਕਿਰਨ ਦੀਪ ਕੌਰ। ਅਤੇ ਇੱਥੇ ਹੁਣ ਸਾਨੂੰ ਨਾ ਥੋੜ੍ਹੀ ਜਿਹੀ ਕਨਫਿਊਜ਼ਨ ਕ੍ਰੀਏਟ ਹੋ ਜਾ ਕਰਨੀ ਆ ਵੀ ਕਿਰਨ ਕਿਹੜੀ ਨੂੰ ਆਵਾਜ਼ ਮਾਰਨੀ ਆ ਅਤੇ ਕਿਹੜੀ ਅੱਗੋਂ ਜਵਾਬ ਦੇਗੀ। ਸੋ ਇਹਦਾ ਹੁਣ ਇੱਕੋ ਹੀ ਹੱਲ ਲੱਭਣਾ ਪੈਣਾ ਆ ਵੀ ਕਿਰਨ 1 ਨੰਬਰ ਵਾਲੀ ਅਤੇ ਕਿਰਨ 2 ਨੰਬਰ ਵਾਲੀ। ਸੋ ਦੇਖਦੇ ਹਾਂ ਜੀ ਕਿਹੜੇ ਹਿਸਾਬ ਦੇ ਨਾਲ ਕੰਮ ਬਣੂਗਾ ਅੱਗੇ। ਅਤੇ ਇੱਥੇ ਆਣ ਕੇ ਫਿਰ ਆਪਾਂ ਸ਼ਗਨ ਲਾਉਣਾ ਸ਼ੁਰੂ ਕਰਤਾ ਆ। ਅਤੇ ਆ ਕਿਰਨ ਦੇ ਖੱਬੇ ਹੱਥ, ਮਤਲਬ ਕਿਰਨ ਦੀ ਭਾਬੀ ਦੇ ਜੋ ਖੱਬੇ ਹੱਥ ਬੈਠੇ ਆ ਉਹ ਆ ਜੀ ਕਿਰਨ ਦੀ ਭੂਆ ਦੀ ਨੂੰਹ, ਜਾਣੀ ਕਿ ਕਿਰਨ ਦੀ ਭਾਬੀ ਜੀ। ਅਤੇ ਇਹਨਾਂ ਦੋਵਾਂ ਜਾਣੀਆਂ ਦੇ ਰਲ ਮਿਲ ਕੇ ਫਿਰ ਆਪਣੀ ਹੋਣ ਵਾਲੀ ਨਵੀਂ ਭਾਬੀ ਨੂੰ ਸ਼ਗਨ ਲਾਇਆ ਸੀ। ਅਤੇ ਸ਼ਗਨ ਦੀਆਂ ਸਾਰੀਆਂ ਰਸਮਾਂ ਕੰਪਲੀਟ ਕਰਨ ਤੋਂ ਬਾਅਦ 'ਚ ਸਾਰੇ ਜਾਣੇ ਫ੍ਰੀ ਹੋ ਗਏ, ਅਤੇ ਫਿਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਫਿਰ ਆਪਣੀ ਸਾਲੇਹਾਰ ਨੂੰ ਮੈਂ ਪਾਇਆ ਜੀ ਸ਼ਗਨ, ਕਿਰਨ ਨੇ ਪਾਇਆ, ਮਤਲਬ ਸਾਰਿਆਂ ਨੇ ਰਲ ਮਿਲ ਕੇ ਸ਼ਗਨ ਪਾਇਆ। ਅਤੇ ਹਰਕਿਰਤ ਨਹੀਂ ਟੇਕ ਕੇ ਬਹਿਣ ਡਿਆ, ਉਹਦਾ ਨਾ ਕਿਰਨ ਦਾ ਪਰਸ ਸਾਈਡ 'ਤੇ ਪਿਆ ਸੀ, ਤਾਂ ਹਰਕਿਰਤ ਕਹਿੰਦਾ ਮੰਮੀ ਤੇਰਾ ਪਰਸ ਸਾਈਡ 'ਤੇ ਪਿਆ ਸੀ, ਚੁੱਕ ਕੇ ਸਾਈਡ 'ਤੇ ਰੱਖ ਲਾ ਆਪਣੇ ਕੋਲ। ਅਤੇ ਬੜਾ ਤੰਗ ਕੀਤਾ ਹਰਕਿਰਤ ਨੇ ਵੀ। ਅਤੇ ਚਲੋ ਰਲ ਮਿਲ ਕੇ ਸਾਰੇ ਕਾਰਜ ਬੜੇ ਵਧੀਆ ਤਰੀਕੇ ਦੇ ਨਾਲ ਸੰਪੂਰਨ ਹੋਏ ਆ। ਹਾਂਜੀ, ਸੋ ਸ਼ਗਨ ਲੱਗ ਗਿਆ ਜੀ ਆਪਣੀ ਸਾਲੇਹਾਰ ਨੂੰ। ਕਿਵੇਂ ਕਿਰਨ? ਵਧੀਆ ਵਧੀਆ। ਹਾਂਜੀ ਠੀਕ ਠੀਕ ਰਿਹਾ ਕੰਮ? ਠੀਕ ਠੀਕ। ਅੱਛਾ, ਸੋ ਇਹ ਆ ਜੀ ਸਾਰੀ ਗੱਲਬਾਤ, ਅਤੇ ਸ਼ਗਨ ਦਾ ਕੰਮ ਹੋ ਗਿਆ ਜੀ ਕੰਪਲੀਟ। ਅਤੇ ਬੜੀ ਦੂਰ ਮੰਗਿਆ ਗਿਆ ਸਾਲਾ ਸਾਹਿਬ, 2.5 ਘੰਟੇ ਲੱਗ ਗਏ ਸਾਨੂੰ ਆਉਂਦਿਆਂ ਨੂੰ। ਅਸੀਂ ਤੁਰੇ ਹਾਂ ਪਿੰਡੋਂ 12 ਵਜੇ ਤੁਰੇ ਹਾਂ, ਅਤੇ 2:30 ਵਜੇ ਇੱਥੇ ਪਹੁੰਚੇ ਆਣ ਕੇ, ਹੈ ਕਿਰਨ? ਹਾਂਜੀ। ਸੋ ਇਹ ਆ ਜੀ ਗੱਲਬਾਤ, ਅਤੇ ਬਸ ਠੀਕ ਆ, ਹੁਣ ਦੇਖਦੇ ਹਾਂ ਅੱਗੇ ਕੀ ਮਾਹੌਲ ਚੱਲ ਬਣਦਾ ਆ, ਅਤੇ ਫਿਰ ਮਿਲਦੇ ਹਾਂ ਤੁਹਾਨੂੰ। ਲੱਟ ਬੜੀ ਘੁੰਮਣ ਡੀ ਕਿਰਨ ਮੱਥੇ ਦੇ ਉੱਤੇ, ਲੱਟ ਦੇ ਦੁਆਲੇ ਕਿਉਂ ਘੁੰਮ ਘੁੰਮ ਮੱਥੇ ਅੱਗੇ ਆਉਂਦੀ ਆ। ਆਪਣੀ ਫਿਲਮਾਂ ਵਾਸਤੇ ਕਿੱਡੀ ਵਧੀਆ ਹੁੰਦੀ ਇੱਧਰ, ਆਹ ਵੇਖੋ। ਵਾਹ ਜੀ ਵਾਹ, ਕੀ ਬਾਤ ਹੈ, ਆਓ ਬੇਰੀ ਮਿਰਜ਼ੇ।
ਤੇ ਇੱਧਰ ਵੇਖੋ ਕਿਆ ਬਾਤ ਹੈ, ਬਹੁਤ ਸ਼ਾਨਦਾਰ ਲੋਕੇਸ਼ਨ ਹੈ ਕਿਰਨ, ਪੇਂਡੂ ਫਿਲਮ ਬਣਾਉਣ ਵਾਸਤੇ ਸਾਡੇ ਵਾਸਤੇ ਉਹ ਸਾਡਾ ਬੰਦਾ ਮੁੰਡਾ ਕੀ ਕਰਨ ਦਿਆ, ਸਾਡਾ ਪੇਂਡੂ ਵੇਖੋ ਕੀ ਕਰਨ ਦਿਆ। ਸਕਿਰਤਾ ਤੂੰ ਮਾਮਾ ਜਿੱਥੇ ਨਹੀਂ ਉੱਥੇ ਸ਼ੁਰੂ ਹੋ ਜਾਂਦਾ ਆ, ਫੜ ਕਿਰਨ ਉਹਨੂੰ ਜਾ ਕੇ ਹੈਂ, ਅਸੀਂ ਚੱਲੇ ਅੰਦਰ ਜਾਓ, ਕਹਿੰਦਾ ਮੈਂ ਨਹੀਂ ਆਉਣਾ, ਚੱਲੇ ਹੀ ਅਸੀਂ ਜਾਓ, ਚੰਗਾ ਫਿਰ ਓਕੇ ਬਾਏ, ਓਕੇ ਬਾਏ, ਓਕੇ ਬਾਏ, ਓਕੇ ਬਾਏ, ਓਕੇ ਬਾਏ, ਆ ਜਾ ਫਿਰ, ਆ ਜਾ ਆ ਜਾ। ਕਿਰਨ ਰੋਟੀ ਜ਼ਿਆਦਾ ਖਾ ਲਈ, ਹੁਣ ਸਿਰ ਸੁੱਟੀ ਬੈਠੀ ਆ, ਰੋਟੀ ਨਹੀਂ ਜ਼ਿਆਦਾ ਖਾ ਲਈ, ਸਿਰ ਦਰਦ ਹੋਣ ਡਈ। ਸਿਰ ਦਰਦ ਹੋਣ ਡਈ ਆ, ਕਾਹਦੇ ਨਾਲ ਸਿਰ ਦਰਦ ਹੋਣ ਡਈ ਆ, ਹੈ ਠੰਡ ਦਾ, ਠੀਕ ਆ ਫਿਰ, ਠਾਕਾ ਉਹ ਠਾਕਾ ਕਹਿੰਦੇ ਆ ਸ਼ਗਨ ਲਾਏ ਜੇ, ਮੈਂ ਵੀ ਨਾਲ ਹੀ ਹਾਂ, ਠੀਕ ਆ। ਸੋ ਇਹ ਆ ਜੀ ਸਾਰੀ ਗੱਲਬਾਤ, ਤੇ ਕਿਰਨ ਵੀ ਕਹਿੰਦੀ ਸਿਰ ਪੀੜ ਹੋਣ ਡਈ ਆ, ਤੇ ਇੱਧਰ ਹਰਕਿਰਤ ਵੀ ਸੌ ਗਿਆ ਆ, ਠੀਕ ਆ, ਤਾਂ ਹੀ ਖੱਡਿਆਂ ਚ ਭਜਾ ਭਜਾ ਕੇ ਮਾਰਦਾ, ਖੱਡੇ ਤੋਂ ਜਦੋਂ ਆ ਜਾਂਦਾ ਪੈਰ ਮਾੜਾ ਜਿਹਾ ਢਿੱਲਾ ਕਰ ਲਈ ਦਾ ਹੁੰਦਾ, ਸਾਰੀ ਗੱਲ ਬਾਤ ਤੇ ਬਸ ਆਪਾਂ ਪਹੁੰਚ ਚੱਲੇ ਆ ਜੀ ਡੇਰਾ ਬਾਬਾ ਨਾਨਕ, ਤੇ ਉੱਥੇ ਹੁਣ ਥੋੜਾ ਜਿਹਾ ਕੰਮ ਆ ਸਾਨੂੰ, ਤੇ ਫਿਰ ਮਿਲਦੇ ਆ ਜੀ ਹੁਣ ਡੇਰਾ ਬਾਬਾ ਨਾਨਕ, ਵਾਸੀਆਂ ਮਾਰੀ ਜਾ ਤੂੰ, ਹੈ ਸਵੇਰੇ ਫਿਰ ਤੁਸੀਂ ਮੈਨੂੰ 7 ਵਜੇ ਠਾਲ ਲਿਆ, ਤੇ ਉੱਠਣਾ ਨਹੀਂ ਆ, ਬਹੁਤ ਲੇਟ ਹੋ ਗਏ ਅੱਜ।